ਬਾਈ ਜੀ ਆਹ ਨਾ ਆ ਦਿਖਾਉਣੇ ਤੁਹਾਨੂੰ ਇਹ ਹੈਗੀ ਆ ਰਾਮਪੁਰਾ ਮੌੜ ਰੋਡ ਆ ਕੋਲੇ ਦਾ ਭਰਿਆ ਟਰਾਲਾ ਸਮਝ ਲਓ ਇੱਕ ਹਿਸਾਬ ਦਾ ਬਾਈਆਂ ਦੇ ਡਰਾਇੰਗ ਰੂਮ 'ਚ ਹੀ ਵੜ ਗਿਆ ਰਾਤ 11 ਵਜੇ ਤੇ ਆਹ ਦਿਖਾਉਣੇ ਬਹੁਤ ਨੁਕਸਾਨ ਹੋਇਆ ਇਹਦਾ ਮੇਨ ਕਾਰਨ ਇਹ ਆ ਵੀ ਇੱਥੇ ਜਿਹੜਾ ਸਰਕਾਰ ਦੇ ਆ ਉਹ ਪੂਰੇ ਇੰਤਜ਼ਾਮ ਨਹੀਂ ਹੋਏ ਤੁਸੀਂ ਕਹੋਗੇ ਵੀ ਹਰ ਟਾਈਮ ਸਰਕਾਰ ਨਹੀਂ ਕਹਿੰਦੇ ਆ ਤੁਹਾਨੂੰ ਦਿਖਾਉਣੇ ਆ ਸਾਰਾ ਸਿਸਟਮ ਇਹ ਆਹ ਦਿਖਾਉਣੇ ਇੱਕ ਮਿੰਟ ਆਹ ਲੰਘੋ ਜੀ ਬਹੁਤ ਨੁਕਸਾਨ ਹੋਇਆ ਦਿਖਾਉਣੇ ਤੁਹਾਨੂੰ ਤੇ ਕੋਈ ਇਹ ਵੀ ਨਹੀਂ ਹੈਗਾ ਵੀ ਘੋੜੇ ਵਾਲੇ ਦਾ ਕਸੂਰ ਆ ਕਸੂਰ ਹੈਗਾ ਸਰਕਾਰ ਦਾ ਇਹ ਬਹੁਤ ਚਿਰ ਤੋਂ ਇੱਥੇ ਐਕਸੀਡੈਂਟ ਹੁੰਦੇ ਆ ਰਹੇ ਆ ਕੋਈ ਇੱਥੇ ਲਾਈਟ ਨਹੀਂ ਲਾਈ ਇਹਨਾਂ ਨੇ ਚੱਜ ਨਾਲ ਆਹ ਦਿਖਾਉਣੇ ਤੁਹਾਨੂੰ ਪੂਰਾ ਫੁੱਲ ਨੁਕਸਾਨ ਹੋ ਗਿਆ ਬਾਈਆਂ ਦਾ ਇੱਥੇ ਮੰਨ ਲਓ ਵੀ ਤੁਹਾਨੂੰ ਉੱਥੋਂ ਦਿਖਾਉਣੇ ਆ ਵੀ ਜਿੱਥੋਂ ਸਾਹਮਣੇ ਰੋਡ ਆਉਂਦੀ ਹੈ ਜਿਹੜੀ ਮੌੜ ਰਾਮਪੁਰਾ ਰੋਡ ਆ ਜਦੋਂ ਉੱਥੋਂ ਸਿੱਧੇ ਆਉਂਦੇ ਆ ਟਰਾਲੇ ਜਾਂ ਕੋਈ ਸਾਧਨ ਆਉਂਦੇ ਆ ਉੱਥੇ ਆਹ ਦਿਖਾਉਣੇ ਇੱਥੋਂ ਨਿਗਾਹ ਮਾਰੋ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਕੀਤਾ ਕੋਈ ਇਹਨਾਂ ਦੀ ਲਾਈਟ ਨਹੀਂ ਲਾਈ ਹੈ ਸਰਕਾਰ ਦੀ ਕਸੂਰ ਆ ਆਹ ਦੇਖੋ ਬਾਈ ਰਾਤ ਕਿੰਨੇ ਵਜੇ ਹੋਇਆ ਹੈ ਸਵਾ 11 ਵਜੇ ਹੋਇਆ ਜੀ ਸਵਾ 11 ਤੇ ਅੰਦਰ ਸਾਰੇ ਇੱਥੇ ਅੰਦਰ ਤਾਂ ਹੁਣ ਆਪਾਂ ਘਰਾਂ 'ਚ ਹੀ ਹੁੰਦੇ ਹੀ ਆ ਤੇ ਫਿਰ ਇੱਥੇ ਜਦੋਂ ਇੱਕੇ ਲੱਖ ਤੋਂ ਜ਼ਿਆਦਾ ਘਰੇ ਤਾਂ ਬਹੁਤ ਹੈਰਾਨਗੀ ਵਾਲੀ ਗੱਲ ਜਾਂ ਟੈਨਸ਼ਨ ਲੈ ਗਏ ਸੀ ਪੂਰੀ ਹਾਂਜੀ ਪੂਰੀ ਟੈਨਸ਼ਨ ਲੈ ਗਏ ਸੀਗੇ ਜੀ ਅੱਛਾ ਠੀਕ ਆ ਨਾ ਇੱਕਦਮ ਇੱਥੇ ਬੱਚੇ ਪੜ੍ਹਦੇ ਹੁੰਦੇ ਆਗੇ ਨਾਲ ਦੀ ਨਾਲ ਹੀ ਹਾਂ ਠੀਕ ਆ ਤੇ ਬਹੁਤ ਉੱਤੇ ਚੜ੍ਹਨ ਦਾ ਡਰ ਸੀਗਾ ਜੀ ਅੱਛਾ ਹਾਂਜੀ ਇਹ ਇੱਥੇ ਬਾਈ ਪਹਿਲਾਂ ਇੱਕ ਟਾਈਲਾਂ ਦੀ ਭਰੀ ਵੀ ਹਾਂਜੀ 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 ਉੱਥੇ ਪਹਿਲਾਂ ਵਰਨਾ ਵੀ ਹੋਈ ਇੱਥੇ ਹਾਂ ਇੱਥੇ ਵਰਨਾ ਵੀ ਆ ਟਾਈਲਾਂ ਦੀ ਭਰੀ ਗੱਡੀ ਵੀ ਹੋਈ ਆ ਇਹਦਾ ਕਾਰਨ ਮੇਨ ਇਹ ਸਰਕਾਰ ਦੀ ਆ ਹਾਂਜੀ ਹਾਂਜੀ ਉੱਥੇ ਫੁੱਟਪਾਥ ਦੇ ਮੂਰੇ ਕੋਈ ਲਾਈਟ ਨਹੀਂ ਲਾਈ ਕੋਈ ਹੋਰ ਨਹੀਂ ਲਾਈ ਹਾਂਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਬਈ ਘਰ ਵਾਲਿਆਂ ਦਾ ਹਾਂਜੀ ਹੁਣ ਇੱਥੇ ਆਪਾਂ ਕਸੂਰ ਨਾ ਟਰਾਲੇ ਵਾਲਾ ਦਾ ਕੱਢਦੇ ਆਸਲ ਸਰਕਾਰ ਦੀ ਆ ਸਰਕਾਰ ਦੇ ਉਹ ਇੰਤਜ਼ਾਮ ਨਹੀਂ ਹਾਂਜੀ ਹੁਣ ਤੁਸੀਂ ਕਹੋਗੇ ਵੀ 24 ਘੰਟੇ ਸਰਕਾਰਾਂ ਨੂੰ ਉਹ ਕਹਿੰਦੇ ਆ ਸਰਕਾਰਾਂ ਹੋਰ ਕਿਹਨੂੰ ਕਹੀਏ ਬਈ ਜ਼ਿੰਮੇਵਾਰੀ ਇਹਨਾਂ ਦੀ ਆ ਸੜਕਾਂ ਦੇ ਟੈਕਸ ਇਹ ਲੈਂਦੇ ਆ ਸਾਰਾ ਕੁਝ ਇਹ ਕਰਦੇ ਆ ਹਨਾ ਆਹ ਦਿਖਾਉਂਦੇ ਆ ਬਈ ਜਮਾ ਸਿੱਧੇ ਹੀ ਵੜ ਗਿਆ ਡਰਾਇੰਗ ਰੂਮ 'ਚ ਆਹ ਦਿਖਾਉਂਦੇ ਆ ਲਾ ਅੰਦਰ ਦੀ ਤੁਹਾਨੂੰ ਸਾਰਾ ਦਿਖਾਉਂਦੇ ਆ ਜਾ ਵੀਰੇ ਘਰ ਵਾਲੇ ਪਰਿਵਾਰ ਫਿਰ ਇੱਕੇ ਲਖਤੀ ਉੱਠੇ ਵਿਚਾਰੇ ਹਨਾ ਆਹ ਦੇਖੋ ਸਿੱਧਮ ਸਿੱਧੇ ਹੀ ਗਿਆ ਆਹ ਦੇਖੋ ਕਾਰ ਵੀ ਨੁਕਸਾਨੀ ਗਈ ਆਹ ਦੇਖੋ ਆਹ ਸਿੱਧਾ ਪਿੱਲਰ ਡਿੱਗ ਪਿਆ ਬਈ ਰਾਤ ਫਿਰ ਸਹੀ 11 ਵਜੇ ਦੀ ਗੱਲ ਆ ਹੈ ਹਾਂ ਬਹੁਤ ਨੁਕਸਾਨ ਹੋ ਗਿਆ ਬਈ ਆਹ ਗੱਡੀ ਟੁੱਟ ਗਈ ਐਕਟਿਵਾ ਦੇਖੋ ਹਾਂ ਇਹ ਸਾਰੀਆਂ ਬਈ ਸ਼ੁਰੂ ਤੋਂ ਹੀ ਸਰਕਾਰ ਦੀਆਂ ਗਲਤੀਆਂ ਸੜਕਾਂ ਦੇ ਟੈਕਸ ਲੈਂਦੇ ਆ ਸਾਰਾ ਕੁਝ ਕਰਦੇ ਆ ਪਰ ਉਸ ਤਰੀਕੇ ਲੋਕਾਂ ਨੂੰ ਸਹੂਲਤਾਂ ਨਹੀਂ ਦਿੰਦੇ ਉੱਥੇ ਸਿਰਫ ਇਹ ਲਾਈਟ ਮੰਨ ਲਾ ਵੀ 2-4 ਹਜ਼ਾਰ ਦਾ ਕੰਮ ਹੀ ਆ ਵੀ ਲਾਈਟਾਂ ਨਹੀਂ ਲਾ ਸਕਦੇ ਪ੍ਰਬੰਧ ਨਹੀਂ ਕਰ ਸਕਦੇ ਹੁਣ ਇਹ ਡਰਾਈਵਰ ਵੀ ਬਾਈ ਰਾਤਾਂ ਦੇ ਗਾਏ ਗੂਏ ਹੁੰਦੇ ਆ ਜਾਂਦੇ ਯਾਰ ਆਪਾਂ ਕਿਸੇ ਦਾ ਇੱਥੇ ਕਸੂਰ ਨਹੀਂ ਕੱਢ ਸਕਦੇ ਇੱਥੇ ਸਰਕਾਰ ਦੀ ਕੱਢ ਸਕਦੇ ਹਾਂ ਆਹ ਦਿਖਾਉਣੇ ਤੁਹਾਨੂੰ ਆਹ ਬਹੁਤ ਨੁਕਸਾਨ ਹੋ ਗਿਆ ਬਹੁਤ ਗਲਤ ਕੰਮ ਹੋ ਗਿਆ ਬਾਈ ਸਿਆਰ ਕਰ ਦਿਓ ਤਾਂ ਕਿ ਘਰ ਵਾਲਿਆਂ ਨੂੰ ਕੋਈ ਨਾ ਕੋਈ ਮੁਆਵਜ਼ਾ ਕੁਛ ਤਾਂ ਮਿਲੇ ਯਾਰ ਬੜਾ ਧੱਕਾ ਹੋ ਗਿਆ ਵਿਚਾਰੇ ਦਾ ਇਹਨਾਂ ਦੇ ਤਾਂ ਇੱਥੇ ਅੰਦਰ ਜੀ ਪਏ ਸੀ ਉਹਨਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਵਿਚਾਰਿਆਂ ਦੀ ਬਚਤ ਰਹੇਗੀ ਕੋਈ ਜਾਨੀ ਮਾਲੀ ਨਹੀਂ ਨੁਕਸਾਨ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋ ਗਿਆ ਤੇ ਆ ਬਾਈ ਟਰਾਲੇ ਵਾਲਿਆਂ ਦਾ ਵੀ ਬਹੁਤ ਨੁਕਸਾਨ ਹੋ ਗਿਆ ਆਹ ਤੁਹਾਨੂੰ ਪੂਰਾ ਦਿਖਾਉਂਦੇ ਹਾਂ ਵੀ ਕਿਵੇਂ ਸਾਰਾ ਸਿਸਟਮ ਹੀ ਟੁੱਟ ਗਿਆ ਯਾਰ ਨਹੀਂ ਇੱਕ ਮਿੰਟ ਵੀਰੇ ਆਹ ਦਿਖਾਉਂਦੇ ਆਹ ਦੇਖੋ ਜਮਾਂ ਟਰਾਲਾ ਵੀ ਤਬਾਹ ਹੋ ਗਿਆ ਤੁਹਾਨੂੰ ਪਤਾ ਹੀ ਆ ਵੀ 25-30 ਲੱਖ ਟਰਾਲੇ ਤੇ ਵੀ ਲੱਗਦਾ 2-3 ਦਿਨ ਨੁਕਸਾਨ ਹੋਇਆ ਕਿ ਸਰਕਾਰ ਦੀ ਵਜ੍ਹਾ ਕਾਰਨ ਹੀ ਹੋਇਆ ਯਾਰ ਆਪਾਂ ਸਰਕਾਰ ਨੂੰ ਦਿਖਾਉਂਦੇ ਆਹ ਦੇਖੋ ਬਾਈ ਕਹਿੰਦਾ ਟਰਾਲੇ ਵਾਲੇ ਨੂੰ ਪਤਾ ਨਹੀਂ ਲੱਗਿਆ ਟਰਾਲੇ ਵਾਲਾ ਕੀ ਕਰੇ ਬਾਈ ਯਾਰ ਹੁਣ ਟਰਾਲੇ ਵਾਲੇ ਦਾ ਵੀ ਆਪਾਂ ਕਸੂਰ ਨਹੀਂ ਕਰ ਸਕਦੇ ਦਿਨ ਰਾਤ ਸੜਕਾਂ ਤੇ ਫਿਰਦੇ ਆ ਗੁਜਰਾਤ ਤੇ ਇੱਕ ਇਹ ਭੁੱਖੇ ਤੇ ਆਏ ਹਨਾ ਨੁਕਸਾਨ ਦੋਨੇ ਧਿਰਾਂ ਦਾ ਹੋਇਆ ਘਰ ਦਾ ਵੀ ਹੋਇਆ ਮੇਨ ਕਾਰਨ ਇੱਥੇ ਸਰਕਾਰ ਰਹੀ ਆ ਬਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਹੈ ਕਿਹੜਾ ਬਾਈ ਘਰ ਵਾਲਾ ਇੱਥੇ ਹੈਗਾ ਬੁਲਾਓ ਵੀਰੇ ਮਾੜਾ ਜਿਹਾ ਜਿਹਨੇ ਭੇਜੀ ਕਿਸੇ ਬੰਦੇ ਨੂੰ ਭੇਜੀ ਬਾਈ ਮਾਰੀ ਬਾਜ ਵੀਰੇ ਆਹ ਦੇਖੋ ਬਾਈ ਕੀ ਹਾਲ ਆ ਇਹ ਬਾਈ ਹੈਗਾ ਗਾ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਬਾਈ ਕੀ ਹਾਲ ਆ
ਪਹਿਲਾ ਸਾਲ ਮਾਰ ਗਿਆ ਸੀ ਉਹ ਡਿਵਾਈਡਰ ਜਦੋਂ ਕ੍ਰੋਸ ਕਰਦਾ ਬੰਦਾ ਉਹ ਪਤਾ ਲੱਗ ਗਿਆ ਮੈਂ ਆਊਟ ਆਫ ਕੰਟਰੋਲ ਹੋ ਗਿਆ ਜੇ ਵਿੱਚ ਹੁੰਦਾ ਉਹ ਵੱਜਦਾ ਨਹੀਂ ਸੀ ਵਿੱਚੋਂ ਨਿਕਲਦਾ ਨਹੀਂ ਸੀਗਾ ਇਹ ਬਾਈ ਫਿਰ ਇੱਥੇ ਹੋਰ ਵੀ ਐਕਸੀਡੈਂਟ ਹੋਇਆ ਸਰਕਾਰ ਦਾ ਬਹੁਤ ਵੱਡਾ ਕਸੂਰ ਹੈ ਇੱਥੇ ਲਾਈਟਾਂ ਲੂਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਆਪ ਨੂੰ ਪਤਾ ਵਰਨਾ ਪਲਟ ਗਈ ਇੱਕ ਦੋ ਬੰਦੇ ਪਹਿਲਾਂ ਮਰ ਗਏ ਯਾਰ ਉਹ ਨਾਲ ਹੀ ਆਪਣੇ ਇੱਥੇ ਟਾਈਲ ਵਾਲੀ ਰੋਟੀ ਪਈ ਹੈਗੀ ਹਨਾ ਹਾਂ ਖੰਭਾ ਵੀ ਤੋੜਿਆ ਪਿਆ ਹਨਾ ਤੋੜਿਆ ਪਿਆਗਾ ਦੇਖੋ ਹਾਂ ਹਾਂ ਤਿੰਨੇ ਪਿਲਰਾਂ ਨਾਲ ਸਾਰੀ ਕੋਠੀ ਨੁਕਸਾਨ ਹੋਇਆ ਹਨਾ ਇਹ ਬਾਈ ਬਾਈ ਕਹਿੰਦਾ ਸਰਕਾਰ ਦਾ ਸਿਸਟਮ ਇਹ ਹੈ ਬਾਈ ਵੀ ਸਰਕਾਰ ਨੂੰ ਅਸੀਂ ਤਾਂ ਕਹਿੰਦੇ ਹਾਂ ਵੀ ਸਰਕਾਰ ਨੇ ਉੱਥੇ ਲਾਈਟਾਂ ਲੂਟਾਂ ਦਾ ਕੋਈ ਸਿਸਟਮ ਦਾ ਇੰਤਜ਼ਾਮ ਨਹੀਂ ਕੀਤਾ ਹੁਣ ਆਪਾਂ ਟਰਾਲੇ ਵਾਲੇ ਨੂੰ ਵੀ ਐਂ ਕਿਵੇਂ ਕਹਿ ਦਈਏ ਵੀ ਇਹਨੇ ਚੜਾਤਾ ਉੱਥੇ ਜਿੱਥੇ ਉਹ ਰਾਤ ਨੂੰ ਤੁਸੀਂ ਆਇਓ ਕਿਤੇ ਤੁਹਾਨੂੰ ਜਿਵੇਂ ਮੌਕਾ ਦਿਖਾਈਏ ਤਾਂ ਉੱਥੇ ਬੰਦਾ ਆਫ ਕੰਟਰੋਲ ਹੁੰਦੇ ਹੀ ਆ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਕਿਉਂਕਿ ਉੱਥੇ ਜਦੋਂ ਲਾਈਟਾਂ ਲਾਟਾਂ ਪੈਂਦੀਆਂ ਮੂਹਰੇ ਪਤਾ ਹੀ ਨਹੀਂ ਲੱਗਦਾ ਇਹਨਾਂ ਨੇ ਕੋਈ ਉਵੇਂ ਨਿਸ਼ਾਨੀ ਨਹੀਂ ਦਿੱਤੀ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਹੁਣ ਆਪਾਂ ਵਿਚਾਰੇ ਵੀ ਮਿਹਨਤ ਦੀ ਰੋਟੀ ਕਮਾਉਂਦੇ ਆ ਟਰਾਲੇ ਵਾਲੇ ਇਹ ਵੀ ਮਿਹਨਤ ਕਰਦੇ ਆ ਘਰ ਵਾਲਿਆਂ ਦਾ ਵੀ ਨੁਕਸਾਨ ਹੋਇਆ ਦੋਨੇ ਤਰ੍ਹਾਂ ਨੁਕਸਾਨ ਹੋਇਆ ਪੂਰਾ ਹੁਣ ਟਰਾਲੇ ਵਾਲਿਆਂ ਨੂੰ ਵੀ ਆਪਾਂ ਕਿਵੇਂ ਕਹਿ ਦਈਏ ਇਹ ਵੀ ਭਰਾ ਦਿਨ ਰਾਤ ਸੜਕਾਂ 'ਤੇ ਤੁਰੇ ਫਿਰਦੇ ਆ ਰੋਟੀ ਕਮਾਉਂਦੇ ਹਨਾ ਕਿਹਦਾ ਜੀ ਕਰਦਾ ਯਾਰ ਕੋਈ ਇਹ ਆਹ ਦੇਖੋ ਪੂਰਾ ਨੁਕਸਾਨ ਹੋ ਗਿਆ ਕੋਠੀ ਵੀ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਪੈਸੇ ਲਾ ਕੇ ਨਵੀਂ ਪਾਈ ਸੀ ਤਿੰਨ ਪਿੱਲਰਾਂ ਨਾਲ ਸਾਰਾ ਕੁਛ ਹੀ ਮੰਨ ਲਓ ਵੀ ਹੱਲ ਗਈ ਕੋਠੀ ਲੋਨ ਵੀ ਚੱਕਿਆ ਹੋਇਆ ਲੋਨ ਭਰਨ ਵਾਲਾ ਰਹਿੰਦਾ ਹਜੇ ਲੋਨ ਭਰੀ ਜਾਂਦੇ ਇਹਦਾ ਘਰ ਦਾ ਵੀਰੇ ਇਹ ਕਿੰਨੇ ਲੱਖ ਲੱਗਿਆ ਜੀ ਵੀਰੇ ਸਾਰੇ ਇਹ ਬਾਈ ਉਹ ਮੁੰਡਾ ਆਪਣਾ ਜਿਹੜਾ ਤੁਹਾਡੇ ਨਾਲ ਗੱਲ ਕਰ ਲਿਆ ਉਹਦਾ ਘਰ ਹੈ ਹਾਂ ਹਾਂ ਮੈਰਿਜ ਉਹ ਬਾਈ ਕਹਿੰਦਾ ਪਿੱਲਰ ਡਿੱਗੇ ਕਾਰਨ ਗਾਹਾਂ ਤੱਕ ਨੁਕਸਾਨ ਹੋ ਗਿਆ ਸੱਤਾਂ ਦਾ ਬਾਈ ਉਹ ਗਾਹਾਂ ਅੰਦਰ ਵੀ ਪਾੜ ਗਿਆ ਦੇਖ ਕੇ ਆਏ ਹੋ ਤੁਸੀਂ ਹਾਂ ਹਾਂ ਨੁਕਸਾਨ ਤਾਂ ਬਹੁਤ ਹੈ ਬਹੁਤ ਆ ਹਾਂ ਬਾਈ ਗੱਲ ਪੱਕੀ ਹੈ ਬਾਈ ਸਰਕਾਰਾਂ ਸ਼ੁਰੂ ਤੋਂ ਹੀ ਕਿਤੇ ਲੋਕਾਂ ਕਨੀ ਨਹੀਂ ਝਾਕੀਆਂ ਸੜਕਾਂ ਦੇ ਟੈਕਸ ਲਈ ਗਏ ਆ ਉਹ ਤਾਂ ਤੁਹਾਨੂੰ ਦਿਖਾਉਣੇ ਆ ਵੀ ਜਦੋਂ ਉੱਥੇ ਸਿੱਧਾ ਤੇਜ਼ੀ ਨਾਲ ਆਉਂਦੇ ਆ ਨਾ ਕੋਈ ਵੀ ਸਾਧਨ ਆਉਂਦਾ ਹੁਣ ਜਿਵੇਂ ਬਾਈ ਕਹਿੰਦਾ ਕੋਈ ਟਰਾਲੇ ਵਾਲਾ ਤੇ ਏਸੀ ਆਏ ਸੀ ਜਾਂ ਅਸੀਂ ਆਉਂਦਾ ਹੁਣ ਕੋਈ ਮਰਜ਼ੀ ਆਪਾਂ ਕਹੀ ਜਾਈਏ ਯਾਰ ਉਹ ਸਾਹਮਣੇ ਦੇਖੋ ਜਦੋਂ ਉੱਥੋਂ ਕੋਈ ਵੀ ਚੀਜ਼ ਤੇਜ਼ ਆਉਂਦੀ ਹੈ ਇਹਨਾਂ ਦੀ ਕੋਈ ਲਾਈਟ ਨਹੀਂ ਲਾਈ ਕੁਛ ਨਹੀਂ ਲਾਈ ਉਹਦੇ 'ਚ ਵੱਜ ਕੇ ਸਿੱਧਮ ਸਿੱਧਾ ਇੱਧਰ ਨੂੰ ਵੜ ਗਿਆ ਘਰ 'ਚ ਆਹ ਦੇਖੋ ਆਹ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਹੈਗਾ ਮੌੜ ਰਾਮਪੁਰਾ ਮੌੜ ਅਤੇ ਰਾਮਪੁਰੇ ਵਾਲੀ ਜਿਹੜੀ ਸੜਕ ਆ ਉਹ ਸੜਕ 'ਤੇ ਹੋਇਆ ਇਹ ਕੰਮ ਖਿੱਚ ਕੇ ਸ਼ੇਅਰ ਕਰ ਦਿਓ ਭਰਾਵੋ ਆਪਾਂ ਹੁਣ ਐਵੇਂ ਕਿਸੇ 'ਤੇ ਇਲਜ਼ਾਮ ਲਾਈ ਜਾਈਏ ਵਾਹਿਗੁਰੂ ਨੂੰ ਬਾਕੀ ਪਤਾ ਵੀ ਕੀ ਹੋਇਆ ਤੁਹਾਨੂੰ ਦਿਖਾਉਣੇ ਵੀ ਕਿੱਥੋਂ ਕਿਵੇਂ ਹੋਇਆ ਸਰਕਾਰ ਦਾ ਜਾਂ ਟ੍ਰੈਫਿਕ ਵਾਲਿਆਂ ਦਾ ਇਹ ਸਿਸਟਮ ਦਿਖਾਉਣੇ ਆ ਆਹ ਰਾਤ ਨੂੰ ਮੰਨ ਲਓ ਵੀ ਜਦੋਂ ਆਉਂਦੇ ਆ ਇੱਧਰੋਂ ਤੇਜ਼ ਮੋੜਾਂ ਕੰਨਿਓ ਆਹ ਦਿਖਾਉਣੇ ਤੁਹਾਨੂੰ ਆਹ ਦੇਖੋ ਆਹ ਦੇ ਜਦੋਂ ਵੀਰੇ ਇੱਥੇ ਨਾ ਕੋਈ ਪ੍ਰਬੰਧ ਨਹੀਂ ਆਹ ਦੇਖੋ ਇੱਥੇ ਨਾ ਕੋਈ ਪ੍ਰਬੰਧ ਨਹੀਂ ਕੋਈ ਲਾਈਟ ਨਹੀਂ ਕੁਛ ਨਹੀਂ ਜਦੋਂ ਇੱਧਰੋਂ ਬੈਕ ਤੋਂ ਤੇਜ਼ ਆਉਂਦੀ ਆ ਚੀਜ਼ ਤਾਂ ਸਿੱਧੀ ਆ ਕੇ ਚੜ੍ਹਦੀ ਆ ਪਤਾ ਹੀ ਨਹੀਂ ਲੱਗਦਾ ਕੁਛ ਨਾ ਇੱਥੇ ਕੋਈ ਉਵੇਂ ਬਾੜ ਲਾਈ ਆ ਅਸਲ ਰਾਤ ਨੂੰ ਲਾਈਟਾਂ ਲਾਉਣੀਆਂ ਚਾਹੀਦੀਆਂ ਫਿਰ ਹੀ ਆ ਜਦੋਂ ਟੈਕਸ ਲੈਂਦੇ ਆ ਯਾਰ ਸਾਰਾ ਕੁਛ ਕਰਦੇ ਆ ਤਾਂ ਫਿਰ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਤਾਂ ਹੈਗਾ ਹੋਰ ਵੀਰੇ ਕੀ ਹਾਲ ਆ ਆਹ ਦੇਖੋ ਬਹੁਤ ਨੁਕਸਾਨ ਹੋਇਆ ਤੁਹਾਨੂੰ ਦਿਖਾਉਂਦੇ ਆ ਕੋਠੀ ਦੀ ਯਾਰ ਇਹਨਾਂ ਦੀ ਸਾਰੀ ਛਾਤੀ ਹਿੱਲ ਗਈ ਲਾਉਣ 'ਤੇ ਘਰ ਪਾਇਆ ਸੀ ਬਹੁਤ ਪੈਸੇ ਲਾਏ ਸੀ ਸਿੱਧਮ ਸਿੱਧਾ ਕੋਲ ਦਾ ਪਰ ਅੰਦਰ ਹੀ ਵੜ ਗਿਆ ਡਰਾਇੰਗ ਰੂਮ 'ਚ ਦਿਖਾਉਂਦੇ ਆ ਖਿੱਚ ਕੇ ਸ਼ੇਅਰ ਕਰੀ ਜਾਓ ਹੁਣ ਤਾਂ ਆਪਾਂ ਬਈ ਕੁਛ ਮਰਜ਼ੀ ਕਹੀ ਜਾਈਏ ਵੀ ਨਸ਼ਾ ਪੀਤਾ ਐਂ ਕੀਤਾ ਹੁਣ ਤਾਂ ਕੋਈ ਮਰਜ਼ੀ ਇਲਜ਼ਾਮ ਲਾਈ ਜਾਈਏ ਗੱਲ ਤਾਂ ਮੈਂ ਦੋਨੇ ਪੱਖਾਂ ਦੀ ਕਰੂੰਗਾ ਆਹ ਦੇਖੋ ਦੋਨੇ ਪੱਖਾਂ ਦੀ ਗੱਲ ਕਰਾਂਗੇ ਆਪਾਂ ਕੋਈ ਇਹ ਨਹੀਂ ਕਹਿੰਦੇ ਆਹ ਦੇਖੋ ਬਹੁਤ ਨੁਕਸਾਨ ਹੋਇਆ ਦੇਖੋ ਅੰਦਰ ਹੈ ਹਾਂ ਪਿੱਲਰ ਵੱਜਿਆ ਤੇ ਇੱਧਰ ਅੰਦਰ ਯਾਰ ਅੰਦਰ ਤੇ ਇੱਕ ਕੋਠੀ ਨੂੰ ਆਹ ਪਿੱਲਰ ਡਿੱਗਣ ਨਾਲ ਤੇੜਾ ਆ ਗਈਆਂ ਦੇਖੋ ਆਹ ਸਾਰਾ ਭੰਨਿਆ ਗਿਆ ਸਿਸਟਮ ਪੂਰਾ ਫੁੱਲ ਧੱਕਾ ਹੋਇਆ ਯਾਰ ਖਿੱਚ ਕੇ ਸ਼ੇਅਰ ਕਰੀ ਜਾਓ ਤਾਂ ਕਿ ਬਾਈਆਂ ਨੂੰ ਟਰਾਲੇ ਵਾਲਿਆਂ ਨੂੰ ਵੀ ਕੁਛ ਮਿਲੇ ਤੇ ਇੱਧਰ ਵੀ ਹਨਾ ਉਹਦੇ 'ਚ ਵੱਜ ਕੇ ਗਿਆ ਦੇ
ਪਿੱਲਰ ਉੱਪਰ ਵਜਿਆ ਰਾਤ ਨੂੰ 11 ਵਜੇ ਹੋਇਆ ਬਾਈ ਹਨਾ ਇਹ ਹਾਂ ਰਾਤ ਨੂੰ ਜਮਾ ਕਾਰ ਨੁਕਸਾਨੀ ਕੀ ਪਈਆਂ ਦੀ ਸਕੂਟੀ ਖਰਾਬ ਹੋ ਗਈ ਕੀ ਕਹਿਣਾ ਜਦੋਂ ਮਾਣਾ ਕਹਿਣਾ ਤਾਂ ਯਾਰ ਬਾਈ ਆਇਆ ਇੱਥੇ ਨਾ ਘੱਟੋ ਘੱਟ ਮੇਰੇ ਦੇਖੋ ਮੈਂ ਪੰਜਵਾਂ ਸੀਮਾ ਐਕਸੀਡੈਂਟ ਆ ਜਿੱਥੇ ਉਹ ਫੁੱਟਪਾਥ ਬਣਿਆ ਉਹ ਨਾ ਤਾਂ ਕੋਈ ਸਾਈਨ ਬੋਰਡ ਆ ਨਾ ਕਿਸੇ ਕੁਛ ਨਹੀਂ ਪਤਾ ਨਹੀਂ ਕਿੰਨੀਆਂ ਗੱਡੀਆਂ ਇੱਥੇ ਖਤਮ ਹੋ ਗਈਆਂ ਇਹਦੇ ਪਿੱਛੇ ਸਰਕਾਰ ਨੇ ਪ੍ਰਬੰਧ ਕਰਿਆ ਨੀ ਕੋਈ ਵੀ ਕੋਈ ਉੱਥੇ ਕੋਈ ਸਾਈਨ ਬੋਰਡ ਕੋਈ ਕਿਸੇ ਤਰ੍ਹਾਂ ਜਿੱਥੋਂ ਫੁੱਟਪਾਥ ਸਟਾਰਟ ਹੁੰਦਾ ਉਦਾਂ ਦਾ ਕੁਛ ਨਹੀਂ ਕਰਿਆ ਕਰਨਾ ਚਾਹੀਦਾ ਇੱਕ ਐਕਸੀਡੈਂਟ ਦੇਖਿਆ ਦੋ ਦੇਖੇ ਘੱਟੋ ਘੱਟ ਸੱਤ ਅੱਠਵਾਂ ਐਕਸੀਡੈਂਟ ਆ ਇੱਥੇ ਆ ਪਿੱਛੇ ਬਾਈ ਤੂੰ ਆ ਦੇਖਿਆ ਹੁਣ ਟੁੱਟੀਆਂ ਪਈਆਂ ਨਾ ਟਾਇਲਾਂ ਥੋੜੇ ਦਿਨ ਪਹਿਲਾਂ ਇੱਥੇ ਗੱਡੀ ਵੱਜੀ ਆ ਉਹ ਵੀ ਕਾਰਨ ਉਹੀ ਸੀਗਾ ਗੱਲ ਸਹੀ ਆ ਸਰਕਾਰ ਆਪਦਾ ਇਹਨਾਂ ਚੀਜ਼ਾਂ ਪਤਾ ਨਹੀਂ ਐਡੀ ਇਹਦਾ ਕੁਦਰਤੀ ਹੱਥ ਦੇ ਕੇ ਰੱਬ ਹੁਣ ਇਹ ਕਹਿੰਦੇ ਵੀ ਤੁਸੀਂ ਹਰੇਕ ਚੀਜ਼ ਸਰਕਾਰ ਤੇ ਛੱਡ ਦੋ ਨਾ ਯਾਰ ਟੈਕਸ ਲੈਂਦੇ ਆ ਸੜਕਾਂ ਦਾ ਕਰਨ ਕੰਮ ਹੀ ਬਈ ਸਰਕਾਰ ਦਾ ਹਾਂ ਕੰਮ ਸਰਕਾਰ ਦਾ ਬਾਕੀ ਇਹਨਾਂ ਨੇ ਇੰਨੀ ਮਹਿੰਗੀ ਲਾਉਣ ਤੇ ਕੋਠੀ ਪਾਈ ਆ ਸਾਰੀ ਜ਼ਾਤਾਂ ਹੱਲ ਗਈ ਹਲੇ ਬਾਈ ਕਹਿੰਦਾ ਕਿਸ਼ਤਾਂ ਭਰਦਾ ਹੀ ਸਾਰੀ ਹੱਲ ਗਈ ਬਾਈ ਇਹਦਾ ਹੱਥ ਦੇ ਕੇ ਰੱਬ ਨੇ ਕੁਦਰਤੀ ਰੱਖ ਲਿਆ ਪਰ ਕਿਹੜਾ ਜੀ ਕਰਮ ਵਾਲਾ ਸੀ ਤੇ ਮਾਣ ਆ ਇਹਨੂੰ ਉਹਦਾ ਸਾਰੇ ਟੱਪਰਾ ਸੜੋ ਹੁਣ ਆਪਾਂ ਕਹੀ ਜਾਈਏ ਵੀ ਟਾਲੇ ਨੇ ਉਹ ਕਰਤਾ ਕੋਠੀ ਵਾਲੇ ਆਏ ਸੀ ਇਹ ਆਪਾਂ ਨਹੀਂ ਬਾਈ ਕਿਸੇ ਨੂੰ ਕਹਿ ਬਾਕੀ ਡਰਾਈਵਰ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਬਾਈ ਬਣਾ ਚਾਹੇ ਘੱਟ ਚਲਾ ਲਿਆ ਕਰੋ ਮਾਲਕ ਵੀ ਲਾਲਚ ਨਾ ਕਰਿਆ ਕਰਨ ਕਿ ਘੱਟ ਚਲਾ ਲਓ ਕਿਸੇ ਹੁਣ ਕਿਸੇ ਦਾ ਮਾਂ ਦਾ ਪੁੱਤ ਕੋਈ ਚਲਾ ਜਾਂਦਾ ਹਨਾ ਕਿਸੇ ਦਾ ਨੁਕਸਾਨ ਆ ਦੇਖੋ ਇਹਨਾਂ ਦੇ ਗੱਡੀਆਂ ਸਕੂਟਰੀਆਂ ਕੁਛ ਨਹੀਂ ਰਿਹਾ ਸਕੂਟਰੀਆਂ ਗੱਡੀਆਂ ਮਾੜੀ ਗਲਤੀ ਨਾਲ ਜੇ ਹਾਂ ਫਿਰ ਇੰਨੀ ਵਾਰਡ ਤੋਂ ਗੱਡੀ ਆਊਟ ਹੋਈ ਵੀ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਾ ਜਿਵੇਂ ਗੱਡੀ ਮੇਰੀ ਤਾਂ ਹੋ ਗਈ ਨਾ ਰੋਕ ਨਹੀਂ ਸਕਦਾ ਸੀ ਜਦ ਉਹ ਨੀਂਦ ਨੂੰ ਆ ਗਈ ਤੇ ਜਾਂ ਕੋਈ ਕਾਰਨ ਵੀ ਨੁਕਸਾਨ ਬਹੁਤ ਵੱਡਾ ਉਹਨਾਂ ਦਾ ਵੀ ਪ੍ਰਬੰਧ ਨੀ ਕਰੇ ਰੋਡਾਂ ਤੇ ਇੰਨੇ ਪੈਸੇ ਲਾਤੇ ਲਾਈਟਾਂ ਨੀ ਲਾਈਆਂ 10,000 ਦੀਆਂ ਗੱਲਾਂ ਤੇ ਇਹ ਆ ਤੁਸੀਂ ਤਾਂ ਉਹੀ ਹੋਰ ਹੀ ਗੱਲਾਂ ਲੈ ਕੇ ਬਹਿ ਜਾਂਦੇ ਹੋ ਹੁਣ ਫਿਰ ਭਗਵੰਤ ਮਾਨ ਦੀ ਸਰਕਾਰ ਆ ਉਹ ਤਾਂ ਜਿਹੜਾ ਚਲਾਉਂਦਾ ਪੰਜਾਬ ਉਹਦੇ ਤੇ ਆਉਣੀ ਹੁੰਦੀ ਆ ਗੱਲ ਕੱਚੀਆਂ ਗੱਲਾਂ ਨਾ ਕਰਿਆ ਕਰੋ ਦੋਨਾਂ ਦਾ ਨੁਕਸਾਨ ਹੋਇਆ ਪੂਰਾ ਵਿਚਾਰਿਆਂ ਦਾ ਇਹਨਾਂ ਦਾ ਹੋਰ ਮਾਨ ਕੀ ਕਹਿਣਾ ਚਾਹੁੰਦਾ ਹੋਰ ਤਾਂ ਵਾ ਠੀਕ ਆ ਬਈ ਚਲੋ ਵਿਚਾਰਿਆਂ ਦਾ ਰਲ ਕੇ ਮਿਲ ਕੇ ਮਸਲਾ ਉਹਦਾ ਹੱਲ ਕਰ ਹੱਲ ਹੋ ਲੈਣੇ ਹਾਂ ਦੋਨੇ ਧਿਰਾਂ ਦਾ ਐਵੇਂ ਹੁਣ ਆਪਾਂ ਕਹਿ ਦਈਏ ਵੀ ਭਾਈ ਡਰਾਈਵਰ ਆਏ ਸੀ ਜਾਂ ਐ ਤਾਂ ਜਿੰਨੇ ਮਰਜ਼ੀ ਨੁਕਸ ਕੱਢੀ ਆਓ ਯਾਰ ਇਹ ਤਾਂ ਹੁਣ ਹੋ ਗਿਆ ਬਈ ਜਦੋਂ ਦੁਨੀਆ ਸਾਚੀ ਉਹਨਾਂ ਦੇ ਐਕਸੀਡੈਂਟ ਤਾਂ ਬਣੇ ਇਹਦਾ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਬਸ ਐ ਆ ਵੀ ਬਾਲੀ ਵੱਡੀ ਬਚਤ ਰਹਿ ਗਈ ਮਾੜੇ ਦੋ ਫੁੱਟ ਟਰਾਲਾ ਇੱਧਰ ਨੂੰ ਹੋ ਜਾਂਦਾ ਤਾਂ ਇਹਨਾਂ ਦਾ ਪਰਿਵਾਰ ਖਤਮ ਵਾਲੀ ਗੱਲ ਹੋ ਜਾਂਦੀ ਹਾਂ 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 ਵਾਹਿਗੁਰੂ ਨੇ ਕੱਖ ਰੱਖਤੇ ਵੀ ਕੋਈ ਜੀ ਦਾ ਨੁਕਸਾਨ ਨਹੀਂ ਹੋਇਆ ਤੇ ਉਹ ਆ ਤਾਂ ਹਾਂ ਬੱਜਾ ਆ ਦੇਖੋ ਬਈ ਕਿੱਥੇ ਆ ਉੱਥੇ ਹਾਂ ਬਾਈ ਕਹਿੰਦਾ ਰੋਇਤਾ ਉੱਡਿਆ ਧੂੜੋ ਧੂੜੋ ਹੋ ਗਿਆ ਸਾਨੂੰ ਪਤਾ ਲੱਗਾ ਵੀ ਕੀ ਕੁਛ ਫਟ ਗਿਆ ਜਾਂ ਕੀ ਹੋ ਗਿਆ ਹਾਂ ਜੇ ਕੋਈ ਸਿਲੰਡਰ ਜਾਂ ਕੀ ਹੋ ਗਿਆ ਕਹਿੰਦਾ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਆ ਕੁਛ ਹੋ ਗਿਆ ਜੇ ਕਿਤੇ ਕੰਮ ਕਰ ਦੋ ਤੇ ਹਾਂ ਜੀ 10 ਵਜੇ ਲਾਈਟ ਗਈ ਹੈ ਆ ਦੇਖੋ ਬਾਈ ਨੁਕਸਾਨ ਤਾਂ ਯਾਰ ਹੋਣਾ ਹੀ ਆ ਵਿਚਾਰਿਆਂ ਦੀ ਕੋਠੀ ਤੇ ਹੀ ਬਹੁਤ ਪੈਸੇ ਲੱਗੇ ਸੀਗੇ ਹੈ ਬਾਈ ਹਾਂ ਧੱਕਾ ਹੋਇਆ ਗਾ ਹਾਂ ਤਾਂ ਵੀ ਕਿਸੇ ਦੀ ਮਰਜ਼ੀ ਡਰਾਈਵਰ ਦੀ ਲਾ ਲਓ ਜਿਹਦੀ ਮਰਜ਼ੀ ਗਲਤ ਲਾ ਲਓ ਨੁਕਸਾਨ ਹੋ ਗਿਆ ਅਗਲੇ ਦਾ ਨਾਲੇ ਟਰਾਲੇ ਵਾਲਿਆਂ ਦਾ ਹੋ ਗਿਆ ਨਾਲੇ ਘਰ ਵਾਲਿਆਂ ਦਾ ਹੁਣ ਕੁਛ ਮਰਜ਼ੀ ਕਹੀ ਜਾਈਏ ਹਨਾ ਮਾਣ ਵੀ ਹੁਣ ਤਾਂ ਕੋਈ ਮਰਜ਼ੀ ਕਹੀ ਜਾਈਏ ਟਰਾਲੇ ਵਾਲਿਆਂ ਦਾ ਕਹਿ ਦਈਏ ਜਿਹਦਾ ਮਰਜ਼ੀ ਹੁਣ ਨੁਕਸਾਨ ਹੀ ਹੋ ਗਿਆ ਡਰਾਈਵਰ ਦੀ ਗਲਤੀ ਕੁਛ ਮਰਜ਼ੀ ਜੀ ਤਾਂ ਨਾ ਤਾਂ ਡਰਾਈਵਰ ਦਾ ਕਰਦਾ ਸੀ ਮੈਂ ਮਾਰਾ ਨਾ ਮਾਲਕ ਦਾ ਕਰਦਾ ਸੀ ਨਾ ਘਰ ਵਾਲਿਆਂ ਦਾ ਕਰਦਾ ਸੀ ਇਹਦਾ ਜੀ ਕਰਦਾ ਵੀ ਐ ਆਪਦਾ ਸੀ ਵੀ ਨਾਲੇ ਆਪਦੀ ਜਾਨ ਗਵਾਈਏ ਨੇ ਟਰਾਲਾ ਭੰਨੀਏ ਹਨਾ ਇਹਦਾ ਜੀ ਨਹੀਂ ਕਰਦਾ ਹੁੰਦਾ ਯਾਰ ਨਾ ਕਿਸੇ ਦਾ ਐ ਵੀ ਨਵੀਂ ਕੋਠੀ ਪਾ ਕੇ ਕਿਹਦਾ ਜੀ ਕਰਦਾ ਵੀ ਮੈਂ ਆਪਦੀ ਕੋਠੀ ਬਣਾ ਲਾਂ ਐ ਬਾਈ ਕਿਸੇ ਦਾ ਜੀ ਨਹੀਂ ਕਰਦਾ ਠੀਕ ਆ ਕੁਦਰਤ ਦੇ ਰੰਗ ਆ ਕਦੋਂ ਵੀ ਕੁਛ ਵੀ ਹੋ ਸਕਦਾ ਇਦੋਂ ਵੱਡਾ ਕੁਦਰਤ ਤੁਹਾਨੂੰ ਕੀ ਉਹ ਮਿਲ ਜੂਗਾ ਵੀ ਘਰੇ ਅੰਦਰ ਬੈਠੇ ਬੰਦਿਆਂ ਤੇ ਵੀ ਆ ਕੁਛ ਹੋ ਜਾਂਦਾ ਹਾਂ ਗੱਲ ਸਹੀ ਆ ਇਦੋਂ ਵੱਡੀ ਨਸੀਹਤ ਕੀ ਮਿਲ ਜੂਗੀ ਹਨਾ ਆਪਦੇ ਘਰੇ ਬੰਦਾ ਸੇਫ ਹੁੰਦਾ ਹਾਂ ਅਗਲਾ ਘਰੇ ਬੈਜੋ ਆਪਣੇ ਗੱਲ ਸਹੀ ਆ ਪਤਾ ਨਹੀਂ ਪਰਮਾਤਮਾ ਦਾ ਕੋਈ ਪਤਾ ਨਹੀਂ ਜਿਵੇਂ ਕਹਿੰਦੇ ਹੁੰਦੇ ਆ ਤੇ ਇਹ ਤਾਂ ਬਸ ਉਹ ਪਰਮਾਤਮਾ ਤੇ ਹੀ ਆਪਾਂ ਛੱਡ ਦਈਏ ਬਸ ਉਹ ਇਹੀ ਗੱਲ ਆ ਫਿਰ ਆਏ ਦੇਖ ਕੁਦਰਤ ਬਈ ਹਾਂ ਆ ਦੇਖ ਗੱਡੀ ਜਮਾ ਖਤਮ ਹੈ ਡਰਾਈਵਰ ਤੇ ਕਹਿੰਦੇ ਪੂਰਾ ਝਰੀਟ ਵੀ ਨਹੀਂ ਲੱਗੀ
ਫਰੀਦਕੋਟ ਗੱਡੀ ਚ ਮੱਚ ਗਿਆ ਵਿਚਾਰਾ ਹਨਾ ਸਰਦਾਰ ਹਾਂ ਠੀਕ ਆ ਬਾਈ ਧੰਨਵਾਦ ਜੀ ਮੇਰਾ ਨਾਮ ਯਸ਼ਪਾਲ ਹੈ ਮੈਂ ਮੰਡੀ ਹਿਮਾਚਲ ਪ੍ਰਦੇਸ਼ ਸੇ ਹੂੰ मैं ट्रांसपोर्ट मॉल का धन्यवाद करना चाहता हूं जिन्होंने ट्रांसपोर्ट हेल्पलाइन सेवा शुरू की है जो कि 24 घंटे उपलब्ध है। कोई भी ड्राइवर भाई इस पर संपर्क कर सकता है ट्रांसपोर्ट हेल्पलाइन पर, और ये जो है आरटीओ पुलिस या कोई डालने से संबंधित कोई भी परेशानी हो ड्राइवर भाई को तो ट्रांसपोर्ट हेल्पलाइन पर संपर्क कर सकता है। मैं ट्रांसपोर्ट मॉल का बहुत बहुत धन्यवाद करता हूँ।